ਹੈਲੋ एवरीवन वेलकम और वेलकम बैक टू माय चैनल ਅੱਜ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀਏ ਸੈਮੈਸਟਰ ਤੀਜਾ ਪੰਜਾਬੀ ਇਲੈਕਟਿਵ ਦਾ ਸਿਲੇਬਸ ਡਿਸਕਸ ਕਰਾਂਗੇ 2024 25 25 26 ਅਤੇ 26 27 ਦੇ ਜਿਹੜੇ ਵੀ ਵਿਦਿਆਰਥੀ ਇਹ ਸੈਸ਼ਨ ਦੇ ਵਿੱਚ ਬੈਠਣਗੇ ਤਾਂ ਉਹ ਇਹੀ ਸਿਲੇਬਸ ਨੂੰ ਫੋਲੋ ਕਰਨਗੇ ਜਿਹੜੇ ਵੀ ਵਿਦਿਆਰਥੀਆਂ ਦਾ ਪਿੱਛੇ ਰੀਪੀਅਰ ਆਈ ਹੈ ਠੀਕ ਹੈ ਕੋਈ ਵੀ ਜਿਹੜਾ ਹੈ ਸਿਲੇਬਸ ਨੂੰ ਅਗਰ ਉਹਨਾਂ ਨੇ ਫੋਲੋ ਕਰਨਾ ਤਾਂ ਇਹੀ ਵਾਲਾ ਸਿਲੇਬਸ ਤੁਸੀਂ ਫੋਲੋ ਕਰੋਗੇ ਤਾ ਯੂਨੀਵਰਸਿਟੀ ਨੇ ਰੈਗੂਲਰ ਅਤੇ ਡਿਸਟੈਂਸ ਦਾ ਸਿਲੇਬਸ ਜਿਹੜਾ ਹੈ ਇਕੱਠਾ ਜਾਰੀ ਕੀਤਾ ਹੈ ਪ੍ਰਾਈਵੇਟ ਵਾਲਿਆਂ ਦੀ ਮਾਰਕਿੰਗ ਸਕੀਮਾ ਥੋੜੀ ਜਿਹੀ ਡਿਫਰੈਂਟ ਹੈ ਤਾਂ ਉਹ ਵੀ ਆਪਾਂ ਜਲਦੀ ਹੀ ਸਿਲੇਬਸ ਨੂੰ ਡਿਸਕਸ ਕਰਾਂਗੇ ਤਾਂ 70 ਨੰਬਰ ਦਾ ਪੇਪਰ ਆਏਗਾ ਠੀਕ ਹੈ ਤਾਂ ਇਹਦੇ ਵਿੱਚੋਂ 30 ਨੰਬਰ ਦੀ ਇੰਟਰਨਲ ਅਸੈਸਮੈਂਟ ਹੋਏਗੀ ਪਾਠਕ੍ਰਮ ਅਤੇ ਪਾਠ ਪੁਸਤਕਾਂ ਕਿਹੜੀਆਂ-ਕਿਹੜੀਆਂ ਦੇਖੋ ਤਿੰਨ ਭਾਗ ਹੋਣਗੇ ਭਾਗ ੳ ਆੜਾ ਅਤੇ ੲ ਦੇਖੋ ੳ 1 ਦੇ ਵਿੱਚ ਸਪਤਿਕਾ ਤੁਹਾਨੂੰ ਲੱਗੀ ਹੈ ਜੀਤ ਸਿੰਘ ਸੀਤਲ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰਕਾਸ਼ਿਤ ਹੈਗੇ ਨੇ ਇਹਦੇ ਕਥਾ ਸੰਸਾਰ 1960 ਤੋਂ ਬਾਅਦ ਦੀ ਜਿਹੜੀ ਪੰਜਾਬੀ ਕਹਾਣੀ ਦਾ ਸੰਗ੍ਰਹਿ ਸੰਪਾਦਕ ਨੇ ਡਾਕਟਰ ਜਸਵਿੰਦਰ ਸਿੰਘ ਡਾਕਟਰ ਗੁਰਮਖ ਸਿੰਘ ਪ੍ਰਕਾਸ਼ਕ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤਾਂ ਊੜਾ ਭਾਗ ਦੇ ਵਿੱਚ ਆਪਾਂ ਨੂੰ ਦੋ ਬੁੱਕਸ ਲੱਗੀਆਂ ਨੇ ਸਪਤਿਕਾ ਅਤੇ ਕਥਾ ਸੰਸਾਰ ਆੜਾ 1 ਦੇ ਵਿੱਚ ਆਪਾਂ ਨੂੰ ਲੱਗਿਆ ਆੜਾ 1 ਦੇ ਵਿੱਚ ਵਾਰਕਾਵ ਪ੍ਰਕਿਰਤੀ ਵਿਸ਼ੇਸ਼ਤਾਵਾਂ ਤੇ ਵਿਕਾਸ ਆੜਾ 2 ਦੇ ਵਿੱਚ ਲੱਗਿਆ ਆਪਾਂ ਨੂੰ ਪੱਛਮੀ ਆਲੋਚਨਾ ਪ੍ਰਣਾਲੀ ਨਾਲ ਸੰਬੰਧਿਤ 10 ਮੂਲ ਸੰਗਲ ਤਾਂ ਕਿਹੜੇ ਕਿਹੜੇ ਸੰਕਲਪ ਨੇ ਅਨੁਕਰਣ ਵਿਰੇਚਨ ਕਲਾਸਿਕਵਾਦ ਰੋਮਾਂਸਵਾਦ ਯਥਾਰਥਵਾਦ ਮਿਥ ਸਰਚਨਾ ਪ੍ਰਤੀਕ ਬਿੰਬ ਅਤੇ ਸ਼ੈਲੀ ਤਾਂ ਏ ਵਾਲਾ ਸਿਲੇਬਸ ਜਿਹੜਾ ਹੈ ਪਲੇਲਿਸਟ ਆਲਰੇਡੀ ਬਣੀ ਹੋਈ ਹੈ ਮੈਂ ਬਹੁਤ ਸਾਰਾ ਜਿਹੜਾ ਕੰਟੈਂਟ ਕਵਰ ਕਰਵਾਇਆ ਹੋਇਆ ਹੈ ਇੰਗਲਿਸ਼ ਪੰਜਾਬੀ ਇੰਗਲਿਸ਼ ਇਲੈਕਟਿਵ ਪੰਜਾਬੀ ਇਲੈਕਟਿਵ ਹੋ ਗਿਆ ਹਿਸਟਰੀ ਰਿਲੀਜੀਅਨ ਸੋਸ਼ੀਓਲੋਜੀ ਪਬਲਿਕ ਐਡ ਪੋਲੀਟੀਕਲ ਸਾਇੰਸ ਹੋਰ ਵੀ ਕਾਫੀ ਸਾਰੇ ਸਬਜੈਕਟਸ ਦਾ ਸਿਲੇਬਸ ਮੇਰੇ ਚੈਨਲ ਦੇ ਉੱਤੇ ਅਵੇਲੇਬਲ ਆ ਟੀਚਿੰਗ ਵੀਡੀਓਜ਼ ਵੀ ਮੇਰੇ ਚੈਨਲ ਤੇ ਉਤੇ ਅਵੇਲੇਬਲ ਨੇ ਪਲੱਸ ਜਿਹੜਾ ਹੈ ਇਸ ਸਾਲ ਬਹੁਤ ਸਾਰੇ ਵਿਦਿਆਰਥੀ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਮੇਰੇ ਹੀ ਦਿੱਤੇ ਹੋਏ ਕੁਐਸਚਨਸ ਦੇ ਵਿੱਚੋਂ ਦੀ ਕੁਐਸਚਨ ਆਏ ਨੇ 99% ਜਿਹੜਾ ਹੈ ਸਿਲੇਬਸ ਤੇ ਕੁਐਸਚਨ ਜਿਹੜੇ ਆ ਮੇਰੇ ਹੀ ਦਿੱਤੇ ਹੋਏ ਕੁਐਸਚਨਸ ਦੇ ਵਿੱਚੋਂ ਆਏ ਨੇ ਠੀਕ ਹੈ ਤਾਂ ਤੁਸੀਂ ਬਲਾਈਂਡਲੀ ਫੇਥ ਕਰ ਸਕਦੇ ਹੋ ਮੇਰੇ ਚੈਨਲ ਦੇ ਉੱਤੇ ਸੋ ਵੱਧ ਤੋਂ ਆ ਚੈਨਲ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਵੀ ਵਿਦਿਆਰਥੀਆਂ ਨੂੰ ਪਤਾ ਲੱਗੇ ਜਿਹੜੇ ਵੀ ਵਿਦਿਆਰਥੀ ਹੁਣ ਬੀਏ ਭਾਗ ਪਹਿਲਾਂ ਦੇ ਵਿੱਚ ਆਏ ਨੇ ਤਾਂ ਉਹਨਾਂ ਨਾਲ ਜ਼ਰੂਰ ਹੀ ਚੈਨਲ ਨੂੰ ਸ਼ੇਅਰ ਕਰਿਓ ਤੇ ਨਾਲ ਹੀ ਟੈਲੀਗ੍ਰਾਮ ਵੀ ਫੋਲੋ ਕਰ ਲਿਓ ਜਿੰਨਾ ਵੀ ਵਿਦਿਆਰਥੀ ਨੇ ਨਹੀਂ ਫੋਲੋ ਕੀਤਾ ਹੋਇਆ ਉੱਥੇ ਸਾਰੇ ਹੀ ਸਿਲੇਬਸ ਮੈਂ ਪਾਏ ਹੋਏ ਨੇ ਠੀਕ ਹੈ ਸੋ ਭਾਗ ਈਡੀ ਤੁਸੀਂ ਊੜਾ ਦੇ ਵਿੱਚ ਬੁੱਕਸ ਪੜੀਆਂ ਆੜੇ ਦੇ ਵਿੱਚ ਜਿਹੜੀਆਂ ਬੁੱਕਸ ਪੜੀਆਂ ਤਾਂ ਉਹ ਸਾਰਾ ਸਿਲੇਬਸ ਦਾ ਕੰਟੈਂਟ ਜਿਹੜਾ ਹੈ ਤੁਹਾਨੂੰ ਪਾਗ ਈਂਡੀ ਦੇ ਵਿੱਚ ਛੋਟੇ ਪ੍ਰਸ਼ਨਾਂ ਦੇ ਵਿੱਚ ਜਿਹੜਾ ਹੈ ਮਿਲੇਗਾ ਉਹ 11 ਜਿਹੜੇ ਹੈ ਤੁਹਾਨੂੰ ਸ਼ਾਰਟ ਕੁਐਸਚਨ ਪੁੱਛੇ ਜਾਣਗੇ ਤਾਂ ਦੇਖਦੇ ਆ ਆਪਾਂ ਕਿਹੜੀਆਂ-ਕਿਹੜੀਆਂ ਆਪਣੇ ਲਈ ਇਨਸਟਰਕਸ਼ਨਸ ਨੇ ਸਿਲੇਬਸ ਦੇ ਸਾਰੇ ਪਾਗਾਂ ਦੇ ਵਿੱਚੋਂ ਪ੍ਰਸ਼ਨ ਪੁੱਛੇ ਜਾਣਗੇ ਪੇਪਰ ਨੂੰ ਤਿੰਨ ਭਾਗਾਂ 'ਚ ਵੰਡਿਆ ਜਾਏਗਾ ਊੜਾ ਐੜਾ ਅਤੇ ਈੜੀ ਊੜੇ ਦੇ ਵਿੱਚ ਵੀ ਆਪਾਂ ਦੇਖਿਆ ਵੀ ਹੈ ਨਾ ਦੋ ਬੁੱਕਸ ਲੱਗੀਆਂ ਭਾਗ ਆੜਾ ਦੇ ਵਿੱਚ ਵੀ ਦੇਖਿਆ ਵੀ ਆਪਾਂ ਨੂੰ ਦੋ ਕੋਲ ਕੰਟੈਂਟ ਲੱਗੇ ਨੇ ਤਾਂ ਉਹ ਸਾਰਿਆਂ ਦਾ ਜਿਹੜਾ ਹੈ ਸ਼ਾਰਟ ਕੁਐਸਚਨ ਉਹਨਾਂ ਦੇ ਵਿੱਚੋਂ ਬਣਨਗੇ ਉਹ ਆਪਾਂ ਨੂੰ ਈੜੀ ਦੇ ਵਿੱਚ ਜਿਹੜੇ ਹੈ ਭਾਗ ਦੇ ਵਿੱਚ ਪੁੱਛੇ ਜਾਣਗੇ ਹੁਣ ਥਰਡ ਜਿਹੜਾ ਹੈ ਆਪਣੇ ਕੋਲੇ ਸप्तिका ਪੁਸਤਕ ਤੇ ਆਧਾਰਿਤ ਕਿਸੇ ਕਵਿਤਾ ਦਾ ਵਿਸ਼ਾ ਵਸਤੂ ਸਾਰ ਕਵੀ ਬਾਰੇ ਜਾਣਕਾਰੀ ਜਾਂ ਉਹਦਾ ਯੋਗਦਾਨ ਆਪਾਂ ਨੂੰ ਪੁੱਛ ਸਕਦੇ ਆ ਤਾਂ ਤਿੰਨ ਕੁਐਸਚਨ ਆਪਾਂ ਨੂੰ ਜਿਹੜਾ ਹੈ ਪੁੱਛੇ ਜਾਣਗੇ ਤਾਂ ਤਿੰਨਾਂ ਦੇ ਵਿੱਚੋਂ ਆਪਾਂ ਨੇ ਇੱਕ ਦਾ ਆਨਸਰ ਲਿਖਣਾ ਹੈ ਇਹ ਆਪਾਂ 2 ਤੋਂ ਲੈ ਕੇ 3 ਸ਼ੀਟਸ ਤੱਕ ਦਾ ਜਿਹੜਾ ਹੈ ਆਨਸਰ ਆਪਾਂ ਨੇ ਜਿਹੜਾ ਹੈ ਲਿਖਣਾ ਤੇ ਇਹ ਜਿਹੜਾ ਹੈ 8 ਨੰਬਰ ਦਾ ਹੋਊਗਾ ਸਪਤਿਕਾ ਪ੍ਰਸੰਗ ਜਿਹੜਾ ਹੈ ਪੁਸਤਕ ਦੇ ਵਿੱਚੋਂ ਪ੍ਰਸੰਗ ਸਹਿਤ ਵਿਆਖਿਆ ਪੁੱਛੀ ਜਾਏਗੀ ਤਿੰਨ ਜੇ ਆਪਾਂ ਨੂੰ ਪ੍ਰਸੰਗ ਸਹਿਤ ਵਿਆਖਿਆ ਦਿੱਤੀਆਂ ਜਾਣੀਆਂ ਨੇ ਆਪਾਂ ਨੇ ਕੋਈ ਵੀ ਇੱਕ ਕਰਨੀ ਹੈ ਇਹ 4 ਨੰਬਰ ਦੀ ਹੋਏਗੀ ਠੀਕ ਹੈ ਉਸ ਤੋਂ ਬਾਅਦ ਕਥਾ ਸੰਸਾਰ ਦੇ ਵਿੱਚੋਂ ਜਿਹੜਾ ਹੈ ਕਿਸੇ ਵੀ ਕਹਾਣੀ ਦਾ ਵਿਸ਼ਾ ਵਸਤੂ ਪੁੱਛ ਸਕਦੇ ਨੇ ਸਾਰ ਕਹਾਣੀਕਾਰ ਬਾਰੇ ਜਾਣਕਾਰੀ ਜਾਂ ਉਸ ਦਾ ਯੋਗਦਾਨ ਜਾਂ ਤਾਂ ਤੁਸੀਂ ਸਾਰੀਆਂ ਹੀ ਜਿਹੜੀ ਹੈਗੇ ਕਹਾਣੀਆਂ ਦੇ ਵਿਸ਼ਾ ਵਸਤੂ ਪੜ ਸਕਦੇ ਹੋ ਜਾਂ ਕਹਾਣੀਕਾਰ ਪੜ ਸਕਦੇ ਹੋ ਠੀਕ ਹੈ ਤਾਂ ਇਹ ਵੀ ਤਿੰਨਾਂ ਦੇ ਵਿੱਚੋਂ ਆਪਾਂ ਨੇ ਇੱਕ ਕੁਐਸਚਨ ਜਿਹੜਾ ਹੈ ਲੌਂਗ ਅਟੈਂਪਟ ਕਰਨਾ ਹੈ ਇਹ 12 ਨੰਬਰ ਦਾ ਹੋਊਗਾ ਤਾਂ ਦੇਖੋ ਦੋ ਤਿੰਨ ਸ਼ੀਟਸ ਦਾ ਇਹ ਕੁਐਸਚਨ ਆਪਾਂ ਨੇ ਕਰਕੇ ਆਨੇ ਆ ਪ੍ਰਸੰਗ ਸਹਿਤ ਵਿਆਖਿਆ ਦੇਖੋ ਡੇਢ ਕ పేਜ ਤੱਕ ਆਪਾਂ ਨੇ ਲੈ ਕੇ ਜਾਣੇ ਆ ਇੱਕ ਡੇਢ ਪੇਜ ਠੀਕ ਹੈ ਉਸ ਤੋਂ ਬਾਅਦ ਹੈ ਆਪਣਾ ਭਾਗ ਆੜਾ ਤਾਂ ਭਾਗ ਆੜਾ ਦੇ ਵਿੱਚ ਪੱਛਮੀ ਆਲੋਚਨਾ ਪ੍ਰਣਾਲੀ ਨਾਲ ਜਿੰਨੇ ਵੀ ਮੂਲ ਸੰਕਲਪ ਜਿਹੜੇ ਆਪਾਂ ਪਿੱਛੇ ਪੜ੍ਹ ਕੇ ਹਟੇ ਨੇ ਪਿੰਬ ਪ੍ਰਣਾਲੀ ਵਗੈਰਾ ਠੀਕ ਹੈ ਸੋ ਇਹ ਸਾਰੇ ਸੰਕਲਪ ਇਹ ਆਪਾਂ ਨੂੰ ਚਾਰ ਪੁੱਛੇ ਜਾਣਗੇ ਕੋਈ ਵੀ ਦੋ ਕਰਨੇ ਨੇ ਤੇ ਇਹ ਜਿਹੜਾ ਹੈ ਇੱਕ ਮੂਲ ਸੰਕਲਪ 6 ਨੰਬਰ ਦਾ ਹੋਊਗਾ ਠੀਕ ਹੈ ਤਾਂ ਇਟ ਮੀਨਸ ਆਪਾਂ ਨੇ ਡੇਢ ਗੇਜ ਦਾ ਇਹ ਵੀ ਅਟੈਂਪਟ ਕਰਨਾ ਡੇਢ ਡੇਢ ਪੇਜ ਦੇ ਦੋ ਕੁਐਸਚਨ ਠੀਕ ਹੈ ਕਿਉਂਕਿ ਆਪਾਂ ਨੂੰ ਦੋ ਪੁੱਛੇ ਜਾਣਗੇ ਤਾਂ ਆਪਾਂ ਨੇ ਡੇਢ ਡੇਢ ਪੇਜ ਦਾ ਅਟੈਂਪਟ ਕਰਨਾ ਹੈ ਵਾਰ ਕਾਵ ਨਾਲ ਸੰਬੰਧਿਤ ਪ੍ਰਸ਼ਨ 2 ਦੇ ਵਿੱਚੋਂ ਇੱਕ ਕਰਨਾ ਇਹ ਵੀ ਲੌਂਗ ਹੋਗਾ 12 ਤਾਂ ਦੇਖੋ ਕਿੰਨਾ ਲੰਬੀ ਸਿਲੇਬਸ ਹੈ ਤਾਂ ਹੁਣੇ ਤੋਂ ਹੀ ਤਿਆਰੀ ਤੁਸੀਂ ਕਰਨੀ ਸਟਾਰਟ ਕਰ ਦਿਓ ਤੇ ਪਾਗ ਈਡੀ ਦੇ ਵਿੱਚ ਸਾਰਾ ਸਿਲੇਬਸ ਜਿਹੜਾ ਸਾਰਾ ਤੁਹਾਡਾ ਸਿਲੇਬਸ ਹੈ ਕਰਿਕੂਲਮ ਹੈ ਤਾਂ ਇਹਦੇ ਵਿੱਚੋਂ ਜਿਹੜਾ ਹੈ ਤੁਹਾਨੂੰ 11 ਪ੍ਰਸ਼ਨ ਪੁੱਛੇ ਜਾਣਗੇ ਸਾਰੇ ਦੇ ਸਾਰੇ ਸ਼ਾਰਟ ਕੁਐਸਚਨ ਕੰਪਲਸਰੀ ਨੇ 4-5 ਲਾਈਨਾਂ 'ਚ ਆਪਾਂ ਨੇ ਆਨਸਰ ਦੇਣਾ ਹਰੇਕ ਸ਼ਾਰਟ ਕੁਐਸਚਨ ਦਾ ਜਿਹੜਾ ਹੈ ਮਾਰਕ ਕਿੰਨੇ ਆ ਆਪਣੇ 2 ਠੀਕ ਹੈ 2 ਮਾਰਕਸ ਨੇ ਇੱਕ ਸ਼ਾਰਟ ਕੁਐਸਚਨ ਨੇ ਠੀਕ ਹੈ ਤਾਂ ਇਟ ਮੀਨਸ 22 ਮਾਰਕਸ ਦਾ 22 ਨੰਬਰ ਦਾ ਇਹ ਤਾਂ ਬੁਕਸ ਕਿਹੜੀਆਂ-ਕਿਹੜੀਆਂ ਆਪਾਂ ਨੇ ਪੜ ਸਕਦੇ ਹਾਂ ਤਾਂ ਤੁਸੀਂ ਖੋਜ ਪత్రికਾ ਪੜ ਸਕਦੇ ਹੋ ਉਸ ਤੋਂ ਬਾਅਦ ਧਰਮਪਾਲ ਸਿੰਘਲ ਅਤੇ ਗੁਰਲਾਲ ਸਿੰਘ ਦੀ ਬੁੱਕ ਹੈਗੀ ਆ ਪੰਜਾਬੀ ਕਹਾਣੀ ਵਾਲੀ ਤਾਂ ਉਹ ਪੜ ਸਕਦੇ ਤਾਂ ਇਹ ਸਾਰੀਆਂ ਬੁਕਸ ਦੇ ਨਾਮ ਹੈ ਇਹਨਾਂ ਦੇ ਵਿੱਚੋਂ ਤੁਸੀਂ ਪੜ ਸਕਦੇ ਹੋ ਯਾਨੀ ਕਿ ਤੁਸੀਂ ਉਹ ਯੂਨੀਵਰਸਿਟੀ ਦਾ ਸਿਲੇਬਸ ਵੀ ਪੜ ਸਕਦੇ ਹੋ ਯੂਨੀਵਰਸਿਟੀ ਦਾ ਜਿਹੜਾ ਪੀਯੂਪੀ ਦੀ ਸਾਈਟ ਦੇ ਉੱਤੇ ਡਿਸਟੈਂਸ ਵਾਲਿਆਂ ਦੀ ਉੱਥੇ ਆਨਲਾਈਨ ਮਟੀਰੀਅਲ ਪਿਆ ਤੁਸੀਂ ਉੱਥੋਂ ਵੀ ਪੜ ਸਕਦੇ ਹੋ ਅਗਰ ਤੁਸੀਂ ਬੁੱਕਸ ਨਹੀਂ ਨੀ ਪਰਚੇਸ ਕਰ ਸਕਦੇ ਠੀਕ ਹੈ ਬਾਕੀ ਜਿਹੜਾ ਹੈ ਮੇਰੇ ਚੈਨਲ ਦੇ ਉੱਤੇ ਵੀ ਕਾਫੀ ਕੁਝ ਅਵੇਲੇਬਲ ਹੈ ਤੁਸੀਂ ਉੱਥੋਂ ਵੀ ਪੜ ਸਕਦੇ ਹੋ ਪਲੱਸ ਜਿਹੜਾ ਹੈਗਾ ਤੁਸੀਂ ਗਾਈਡ ਵਗੈਰਾ ਕੋਈ ਵੀ ਪਰਚੇਸ ਕਰ ਸਕਦੇ ਹੋ ਬਾਹਰ ਦੇ ਨੋਟਸ ਵਗੈਰਾ ਉਹ ਵੀ ਪਰਚੇਸ ਕਰ ਸਕਦੇ ਹੋ ਤਾਂ ਉੱਥੋਂ ਤੁਸੀਂ ਪੜ ਸਕਦੇ ਹੋ ਸੋ ਏਸੀ ਅੱਜ ਦਾ ਵੀਡੀਓ ਮਿਲਦੇ ਆ ਆਪਾਂ ਨਵੇਂ ਵੀਡੀਓ ਦੇ ਨਾਲ ਥੈਂਕ ਯੂ so much